ਜੈ ਸਾਈਂ ਜੀ ਦੀ। ਰੱਬ ਇੱਕ, ਜੈ ਸਾਈਂ ਜੀ। 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਜੀ। ਸਾਈਂ ਫਕੀਰ ਕਹਿੰਦੇ ਨੇ ਕਿ ਮਾਯੂਸ ਨਾ ਹੋ, ਰੱਬ 'ਤੇ ਯਕੀਨ ਰੱਖ, ਅੱਗੇ ਨੂੰ ਵੱਧਦਾ ਜਾ, ਫਿਕਰ ਨਾ ਕਰ। ਤੇ ਉਸ ਲੜਕੇ ਨੇ ਕਿਹਾ ਕਿ ਬਾਬਾ ਜੀ, ਪਰ ਮੈਂ ਤਾਂ ਹਾਰ ਚੁੱਕਿਆ ਹਾਂ, ਹੁਣ ਜ਼ਿੰਦਗੀ ਵਿੱਚ ਕੁਝ ਵੀ ਬਾਕੀ ਨਹੀਂ ਹੈ, ਬਸ ਹਾਰ ਹੀ ਹਾਰ ਹੈ। ਫਕੀਰ ਹੱਸੇ ਤੇ ਬੋਲੇ, ਪੁੱਤਰ, ਮਨ ਦੇ ਹਾਰੇ ਹਾਰ ਹੈ ਤੇ ਮਨ ਦੇ ਜਿੱਤੇ ਜਿੱਤ। ਜ਼ਰਾ ਗੌਰ ਕਰੋ ਬਾਬਾ ਜੀ, ਕਹੇ ਕਬੀਰ ਹਰ ਪਾਈਏ ਮਨ ਹੂ ਕੀ ਪ੍ਰਤੀਤ। ਮਨ ਦੇ ਜਿੱਤੇ ਜਿੱਤ ਹੈ ਤੇ ਮਨ ਦੇ ਹਾਰੇ ਹਾਰ। ਹੁਣ ਇਹ ਸ਼ਬਦ ਤਾਂ ਛੋਟਾ ਜਿਹਾ ਹੈ, ਕੁਛ ਲਾਈਨਾਂ ਦਾ ਸ਼ਬਦ ਹੈ, ਦੋ ਲਾਈਨਾਂ ਦਾ, ਪਰ ਇਹਦੇ ਮਾਇਨੇ ਬੜੇ ਉੱਚੇ ਨੇ, ਕਿਉਂਕਿ ਉੱਚਿਆਂ ਨੇ ਉਚਾਰਿਆ ਹੈ ਬਾਬਾ ਜੀ, ਸੰਤ ਕਬੀਰ ਸਾਹਿਬ ਨੇ ਉਚਾਰਿਆ ਹੈ। ਸੋ ਇਹ ਜੇ ਦੋ ਸ਼ਬਦ ਫਕੀਰਾਂ ਦੇ, ਇਹ ਵਚਨ ਬੰਦਾ ਜ਼ਰਾ ਗੌਰ ਕਰ ਸਮਝ ਲਵੇ ਤਾਂ ਬੰਦੇ ਦੀ ਜ਼ਿੰਦਗੀ ਬਦਲ ਸਕਦੀ ਹੈ, ਔਰ ਬੰਦੇ ਦੀ ਜ਼ਿੰਦਗੀ ਨੂੰ ਦੁੱਖਾਂ ਵੱਲੋਂ ਮੋੜ ਕੇ ਆਨੰਦ ਵੱਲ ਲੈ ਕੇ ਜਾ ਸਕਦੇ ਨੇ ਇਹ ਵਚਨ, ਕਿਉਂਕਿ ਉਚਾਰੇ ਹੀ ਉਹਨਾਂ ਦੇ ਹੈ ਜੋ ਖੁਦਾ ਨੂੰ ਯਾਦ ਕਰਦੇ ਕਰਦੇ ਆਪ ਹੀ ਖੁਦਾ ਹੋ ਗਏ, ਸਤਿਗੁਰ ਕਬੀਰ ਸਾਹਿਬ। ਹੁਣ ਇੱਥੇ ਕਬੀਰ ਸਾਹਿਬ ਫਰਮਾਣੇ ਨੇ ਕਿ ਮਨ ਦੇ ਜਿੱਤੇ ਜਿੱਤ ਹੈ ਤੇ ਮਨ ਦੇ ਹਾਰੇ ਹਾਰ, ਇਹੀ ਉਹਨਾਂ ਫਕੀਰਾਂ ਨੇ ਫਰਮਾਇਆ। ਉਹ ਲੜਕੇ ਨੇ ਅੱਗੋਂ ਕਿਹਾ ਕਿ ਬਾਬਾ ਜੀ, ਮੈਂ ਤਾਂ ਹਾਰਿਆ ਹੋਇਆ। ਤਾਂ ਉਹਨਾਂ ਫਕੀਰਾਂ ਨੇ ਇੱਕ ਕਹਾਣੀ ਸੁਣਾਈ। ਉਹ ਕਹਾਣੀ ਇਸ ਪ੍ਰਕਾਰ ਸੀ ਕਿ ਇੱਕ ਪਿੰਡ ਦੇ ਵਿੱਚ ਰੋਹਨ ਨਾਮ ਦਾ ਕਿਸਾਨ ਰਹਿੰਦਾ ਸੀ। ਰੋਹਨ ਦੇ ਘਰ ਇੱਕ ਲੜਕੀ ਪੈਦਾ ਹੋਈ ਤੇ ਉਸ ਨੇ ਉਸ ਪੁੱਤਰੀ ਦਾ ਨਾਮ ਭਾਵਨਾ ਰੱਖਿਆ। ਕਿਸਾਨ ਦੇ ਘਰ ਵਾਲਿਆਂ ਨੂੰ ਮੁੰਡੇ ਦੀ ਉਮੀਦ ਸੀ, ਪਰ ਜਦੋਂ ਪਤਾ ਚੱਲਿਆ ਕਿ ਕੁੜੀ ਪੈਦਾ ਹੋਈ ਹੈ ਤਾਂ ਉਹਦੇ ਘਰ ਵਾਲੇ ਜ਼ਿਆਦਾ ਖੁਸ਼ ਨਾ ਹੋਏ, ਕਿਉਂਕਿ ਉਹਦੇ ਮਾਤਾ ਪਿਤਾ ਨੂੰ ਲੱਗਦਾ ਸੀ, ਉਹ ਚਾਹੁੰਦੇ ਸੀ ਕਿ ਉਹਨਾਂ ਦੀ ਜਿਹੜੀ ਬਹੂ ਹੈ, ਜਿਹੜੀ ਨੂੰਹ ਹੈ, ਉਹ ਲੜਕੇ ਨੂੰ ਜਨਮ ਦੇਵੇ ਤਾਂ ਕਿ ਉਹਨਾਂ ਦਾ ਵੰਸ਼ ਅੱਗੇ ਵਧੇ। ਪਰ ਇਹ ਗੱਲ ਸਮਝਣ ਵਾਲੀ ਹੈ ਜੋ ਉਸਦੀ ਪਤਨੀ ਨੇ ਸਮਝਾਇਆ ਕਿਸਾਨ ਨੂੰ ਕਿ ਇਹ ਚੀਜ਼ਾਂ ਸਾਡੇ ਹੱਥ ਵਿੱਚ ਨਹੀਂ ਹੈ, ਅਤੇ ਮੈਂ ਓਨੀ ਹੀ ਖੁਸ਼ ਹਾਂ ਜਿੰਨੀ ਲੜਕਾ ਹੋਣ 'ਤੇ ਹੋਣਾ ਸੀ। ਪਰ ਸਾਈਂ ਜੀ ਵੀ ਇਹ ਫਰਮਾਉਂਦੇ ਹੁੰਦੇ ਸੀ, ਸਾਈਂ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਜਿਹਨੂੰ ਵੇਖੋ ਮੁੰਡੇ ਲੈਣ ਤੁਰਿਆ ਉਹ ਕੁੜੀ ਮੰਗੋ, ਮੁੰਡਾ ਵੀ ਆਪੇ ਹੋ ਜਾਊਗਾ, ਕੁੜੀ ਮੰਗੋ, ਕੁੜੀਆਂ ਦੀ ਵੀ ਲੋਹੜੀ ਪਾਓ, ਕਹਿੰਦੇ ਸੀ ਸਾਈਂ ਜੀ ਫਰਮਾਉਂਦੇ ਹੁੰਦੇ। ਸੋ ਹੁਣ ਉਹ ਜਿਹੜੀ ਘਰ ਵਾਲੀ ਸੀ ਉਹਨੇ ਕਿਸਾਨ ਨੂੰ ਕਿਹਾ ਅਤੇ ਉਹਦੇ ਪਰਿਵਾਰ ਨੂੰ ਵੀ ਸਮਝ ਆ ਗਈ ਇਸ ਗੱਲ ਕਿ ਹਾਂ ਇਹ ਬਿਲਕੁਲ ਠੀਕ ਹੈ। ਹੁਣ ਕਿਸਾਨ ਦੀ ਪਤਨੀ ਅਤੇ ਕਿਸਾਨ ਨੇ ਭਾਵਨਾ ਨੂੰ ਬੜੇ ਹੀ ਚੰਗੇ ਤਰੀਕੇ ਨਾਲ ਉਹਦਾ ਪਾਲਣ ਪੋਸ਼ਣ ਕੀਤਾ। ਵਕਤ ਬੀਤਦਾ ਗਿਆ, ਭਾਵਨਾ ਜਿਹੜੀ ਸੀ ਵੱਡੀ ਹੋਣ ਲੱਗੀ, ਉਹਦਾ ਦਾਖਲਾ ਇੱਕ ਸਕੂਲ ਦੇ ਵਿੱਚ ਕਰਾ ਦਿੱਤਾ ਗਿਆ। ਕਿਸਾਨ ਜਦ ਵੀ ਸਕੂਲ ਜਾਂਦਾ ਤਾਂ ਜਿਹੜੀਆਂ ਉਹਦੀਆਂ ਸ਼ਿਕਸ਼ਿਕਾ ਸੀਗੀਆਂ, ਜਿਹੜੀਆਂ ਟੀਚਰ ਸੀਗੀਆਂ, ਉਹ ਇੱਕੋ ਹੀ ਗੱਲ ਕਹਿੰਦੀ ਕਿ ਭਾਵਨਾ ਜਿਹੜੀ ਹੈ ਉਹ ਪੜ੍ਹਨ ਦੇ ਵਿੱਚ ਬਹੁਤ ਅੱਛੀ ਹੈ, ਅਗਰ ਇਹਦੀ ਪੜ੍ਹਾਈ ਇਸੇ ਤਰ੍ਹਾਂ ਜਾਰੀ ਰਹੀ
ਤਾਂ ਭਵਿੱਖ ਵਿੱਚ ਇਹ ਤੁਹਾਡਾ ਅਤੇ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕਰੇਗੀ। ਜ਼ਰਾ ਗੌਰ ਕਰੋ ਬਾਬਾ ਜੀ। ਹੁਣ ਇਸੇ ਤਰ੍ਹਾਂ ਸਮੇਂ ਆਪਣੀ ਗਤੀ ਅਨੁਸਾਰ ਅੱਗੇ ਵੱਧਦਾ ਰਿਹਾ। ਭਾਵਨਾ ਨੇ ਸਕੂਲ ਤੋਂ ਜਦੋਂ ਵਾਪਸ ਆਉਣਾ ਤਾਂ ਉਸਨੇ ਆਪਣੇ ਪਿਤਾ ਨਾਲ ਕੰਮ ਵਿੱਚ ਹੱਥ ਵਟਾਉਣਾ। ਉਹ ਆਪਣੇ ਪਿਤਾ ਅਤੇ ਹੋਰ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਦੇ ਦੇਖਦੀ। ਭਾਵਨਾ ਆਪਣੇ ਪਿਤਾ ਅਤੇ ਕਿਸਾਨਾਂ ਨੂੰ ਧੁੱਪ, ਪਾਣੀ, ਬਾਰਿਸ਼ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸਮਝਣ ਲੱਗ ਗਈ। ਇਸ ਲਈ ਉਹ ਚਾਹੁੰਦੀ ਸੀ ਵੀ ਪੜ੍ਹ ਲਿਖ ਕੇ ਉਹ ਉਹਨਾਂ ਸਾਰਿਆਂ ਦੀ ਮਦਦ ਕਰੇ। ਅਤੇ ਇੱਕ ਦਿਨ ਉਸੇ ਪਿੰਡ ਦੇ ਵਿੱਚ ਇੱਕ ਸਮਾਰੋਹ ਹੋਇਆ, ਯਾਨੀ ਕਿ ਇੱਕ ਫੰਕਸ਼ਨ ਕਹਿ ਲਓ ਹੋਇਆ, ਤਾਂ ਉਸ ਵਿੱਚ ਸ਼ਾਮਿਲ ਹੋਣ ਵਾਸਤੇ ਉੱਥੇ ਦੇ ਕਲੈਕਟਰ ਆਏ। ਮੌਕਾ ਦੇਖ ਕੇ ਸਕੂਲ ਦੀ ਜਿਹੜੀ ਪ੍ਰਿੰਸੀਪਲ ਸੀ, ਉਹਨਾਂ ਨੇ ਕਲੈਕਟਰ ਸਾਹਿਬ ਨੂੰ ਆਪਣੇ ਸਕੂਲ ਵਿੱਚ ਆਉਣ ਦਾ ਨਿਮੰਤਰਣ ਦਿੱਤਾ। ਬੇਨਤੀ ਕੀਤੀ ਕਿ ਤੁਸੀਂ ਸਾਡੇ ਸਕੂਲ ਆਓ ਤਾਂ ਕਿ ਤੁਹਾਨੂੰ ਵੇਖ ਕੇ ਬੱਚੇ ਇੰਸਪਾਇਰ ਹੋਣ। ਉਹਨਾਂ ਨੇ ਸਕੂਲ ਅਤੇ ਬੱਚਿਆਂ ਬਾਰੇ ਜਾਣਕਾਰੀ ਲਈ ਕਲੈਕਟਰ ਨੇ, ਅਤੇ ਕਲੈਕਟਰ ਸਕੂਲ ਦੇ ਵਿੱਚ ਵੀ ਆਏ। ਜਦੋਂ ਕਲੈਕਟਰ ਸਾਹਿਬ ਨੂੰ ਪਤਾ ਚੱਲਿਆ ਕਿ ਭਾਵਨਾ ਜਿਹੜੀ ਹੈ ਉਹ ਹਮੇਸ਼ਾ ਸਕੂਲ ਦੇ ਵਿੱਚ ਅਵਲ ਆਉਂਦੀ ਹੈ ਅਤੇ ਹੋਰ ਜਿੰਨੀਆਂ ਵੀ ਗਤੀਵਿਧੀਆਂ ਹੈ, ਖੇਡਾਂ ਹੈ ਜਾਂ ਹੋਰ ਚੀਜ਼ਾਂ ਹੈ, ਉਹਦੇ ਵਿੱਚ ਉਹ ਸਭ ਤੋਂ ਅਵਲ ਰਹਿੰਦੀ ਹੈ। ਕਲੈਕਟਰ ਸਾਹਿਬ ਨੇ ਭਾਵਨਾ ਨੂੰ ਮੰਚ 'ਤੇ ਬੁਲਾਇਆ ਔਰ ਉਹਦਾ ਸਨਮਾਨ ਕੀਤਾ, ਕਿਉਂਕਿ ਜਦੋਂ ਕਿਸੇ ਦਾ ਸਨਮਾਨ ਕਰਦੇ ਹੈ ਤਾਂ ਉਹਦੇ ਅੰਦਰ ਦਾ ਜਿਹੜਾ ਜਜ਼ਬਾ ਹੈ, ਕੌਨਫੀਡੈਂਸ, ਉਹ ਵੱਧਦਾ ਹੈ। ਬਾਬਾ ਜੀ, ਇਸ ਚੀਜ਼ ਨੂੰ ਜ਼ਰਾ ਗੌਰ ਕਰਨਾ। ਇਸ ਲਈ ਕਦੇ ਵੀ ਕਿਸੇ ਨੂੰ ਮਾੜਾ ਸ਼ਬਦ ਨਾ ਕਹੋ, ਆਪਣੇ ਘਰ ਪਰਿਵਾਰ ਦੇ ਵਿੱਚ ਵੀ ਕਿਸੇ ਨੂੰ ਵੀ ਕਦੇ ਗਲਤ ਨਾ ਬੋਲੋ। ਕੋਈ ਪੜ੍ਹਾਈ ਵਿੱਚੋਂ ਘੱਟ ਹੈ, ਕੋਈ ਜ਼ਿਆਦਾ ਹੈ, ਤਾਂ ਉਹ ਕਦੇ ਵੀ ਇੱਦਾਂ ਨਹੀਂ ਕਹਿਣਾ ਕਿ ਇਹ ਨਹੀਂ ਕੁਛ ਕਰ ਸਕਦਾ ਜਾਂ ਇਹ ਨਹੀਂ ਕੁਛ ਕਰ ਸਕਦੀ, ਇੱਦਾਂ ਨਹੀਂ ਹੋਣਾ ਚਾਹੀਦਾ। ਸਗੋਂ ਉਹਨੂੰ ਕਹਿਣਾ ਹੈ ਕੋਈ ਨਹੀਂ, ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਸਹੀ। ਮਤਲਬ ਉਹਨੂੰ ਮੋਟੀਵੇਟ ਕਰਨਾ ਹੈ, ਡੀਗ੍ਰੇਡ ਨਹੀਂ ਕਰਨਾ ਕਦੇ ਵੀ। ਪਰ ਹੁਣ ਭਾਵਨਾ ਤਾਂ ਅਵਲ ਹੀ ਸੀ, ਉਹਨੂੰ ਸਨਮਾਨ ਮਿਲਿਆ। ਨਾਲ ਹੀ ਕਲੈਕਟਰ ਸਾਹਿਬ ਨੇ ਭਾਵਨਾ ਦੀ ਵਾਂਗੂ ਪੜ੍ਹਾਈ ਕਰਨ ਵਾਸਤੇ ਬਾਕੀ ਬੱਚਿਆਂ ਨੂੰ ਵੀ ਕਿਹਾ ਕਿ ਇੱਦਾਂ ਹੀ ਤੁਸੀਂ ਵੀ ਪੜ੍ਹੋ ਤਾਂ ਕਿ ਭਵਿੱਖ ਵਿੱਚ ਤੁਸੀਂ ਵੀ ਕਿਸੇ ਚੰਗੇ ਅਹੁਦੇ 'ਤੇ ਲੱਗ ਸਕੋ ਜਾਂ ਚੰਗੀ ਪੜ੍ਹਾਈ ਕਰਕੇ ਕੋਈ ਵੱਡਾ ਵਿਵਸਾਇ ਖੋਲ੍ਹ ਸਕੋ, ਕੋਈ ਵੱਡਾ ਬਿਜ਼ਨਸ ਕਰ ਸਕੋ, ਤਾਂ ਕਿ ਤੁਸੀਂ ਹੋਰ ਹਜ਼ਾਰਾਂ ਲੋਕਾਂ ਨੂੰ ਜੋ ਬੇਰੁਜ਼ਗਾਰ ਆ ਉਹਨਾਂ ਨੂੰ ਰੁਜ਼ਗਾਰ ਦੇ ਸਕੋ। ਫਿਰ ਕਲੈਕਟਰ ਸਾਹਿਬ ਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਸਾਡੇ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਲਓ। ਸਾਰਿਆਂ ਨੇ ਆਪਣੇ ਆਪਣੇ ਸਵਾਲ ਕੀਤੇ, ਪਰ ਭਾਵਨਾ ਜਿਹੜੀ ਸੀ ਉਸਨੇ ਕਲੈਕਟਰ ਸਾਹਿਬ ਨੂੰ ਕੋਈ ਸਵਾਲ ਨਹੀਂ ਕੀਤਾ, ਉਹ ਸਿਰਫ ਉਹਨਾਂ ਨੂੰ ਦੇਖ ਰਹੀ ਸੀ। ਔਰ ਦੇਖ ਕੇ ਉਹਨਾਂ ਦੀਆਂ ਗੱਲਾਂ ਤੋਂ ਅਤੇ ਉਹਨਾਂ ਦੀ ਊਰਜਾ ਤੋਂ ਕਾਫੀ ਪ੍ਰਭਾਵਿਤ ਹੋਈ। ਉਹਨੇ ਮਨ ਹੀ ਮਨ ਠਾਣ ਲਿਆ ਕਿ ਉਹ ਵੀ ਇੱਕ ਦਿਨ ਕਲੈਕਟਰ ਬਣੇਗੀ। ਜ਼ਰਾ ਗੌਰ ਕਰੋ ਕਿ ਉਹ ਵੀ ਇੱਕ ਦਿਨ ਕਲੈਕਟਰ ਬਣੇਗੀ। ਪਰ ਇਹ ਦੁਨੀਆ ਦਾ ਨਿਯਮ ਹੈ, ਜੀਵਨ ਦਾ ਨਿਯਮ ਹੈ। ਬੰਦਾ ਸੋਚਦਾ ਕੁਝ ਹੈ, ਹੁੰਦਾ ਕੁਝ ਹੈ। ਸ਼ਾਇਦ ਵਕਤ ਨੂੰ ਕੁਛ ਹੋਰ ਹੀ ਮਨਜ਼ੂਰ ਸੀ। ਇੱਕ ਦਿਨ ਜਦੋਂ ਭਾਵਨਾ ਆਪਣੇ ਸਕੂਲ ਜਾ ਰਹੀ ਸੀ ਤਾਂ ਉਹਦਾ ਇੱਕ ਕਾਰ ਦੇ ਨਾਲ ਐਕਸੀਡੈਂਟ ਹੋ ਜਾਂਦਾ। ਬਾਬਾ ਜੀ, ਐਕਸੀਡੈਂਟ ਦੇ ਬਾਅਦ ਕਾਰ ਦਾ ਡਰਾਈਵਰ ਉੱਥੋਂ ਭੱਜ ਜਾਂਦਾ। ਆਲੇ ਦੁਆਲੇ ਦੇ ਲੋਕਾਂ ਦੁਆਰਾ ਭਾਵਨਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ। ਡਾਕਟਰ ਤੁਰੰਤ ਉਹਦੀ ਜਾਂਚ ਕਰਦੇ ਨੇ। ਡਾਕਟਰ ਦੱਸਦੇ ਨੇ ਕਿ ਭਾਵਨਾ ਦਾ ਇੱਕ ਪੈਰ ਕੱਟਣਾ ਪਵੇਗਾ ਤਾਂ ਹੀ ਉਹਦੀ ਜਾਨ ਬਚ ਸਕੇਗੀ। ਰੋਹਨ ਅਤੇ ਉਸਦੇ ਪਰਿਵਾਰ ਨੂੰ ਨਾ ਚਾਹੁੰਦੇ ਹੋਏ ਵੀ ਇਹ ਫੈਸਲਾ ਲੈਣਾ ਪਿਆ। ਆਪਰੇਸ਼ਨ ਦੇ ਬਾਅਦ ਭਾਵਨਾ ਦੀ ਜਾਨ ਤਾਂ ਬਚ ਗਈ, ਪਰ ਇਸ ਵਜ੍ਹਾ ਦੇ ਨਾਲ ਉਹ ਕਈ ਦਿਨ ਤੱਕ ਬਿਸਤਰ 'ਤੇ ਹੀ ਉਸਨੂੰ ਰਹਿਣਾ ਪੈਣਾ ਸੀ ਅਤੇ ਇਸ ਦੀ ਵਜ੍ਹਾ ਨਾਲ ਉਸਦੀ ਪੜ੍ਹਾਈ ਵੀ ਛੁੱਟ ਗਈ।
ਹੁਣ ਇਹ ਸਮੇਂ ਇਹ ਵਕਤ ਜਿਹੜਾ ਹੈ ਜਦੋਂ ਪੜ੍ਹਾਈ ਛੁੱਟ ਗਈ ਬਿਸਤਰੇ 'ਤੇ ਪੈ ਗਈ ਪੈਰ ਕੱਟ ਦਿੱਤਾ ਗਿਆ ਹੈ ਬਾਬਾ ਜੀ ਕਿੰਨਾ ਔਖਾ ਵਕਤ ਹੋਏਗਾ ਹੁਣ ਸਮੇਂ ਉਸ ਸਮੇਂ ਜੋ ਦੋਸਤਾਂ ਨੇ ਰਿਸ਼ਤੇਦਾਰਾਂ ਨੇ ਆਉਣਾ ਭਾਵਨਾ ਨੂੰ ਮਿਲਣ ਵਾਸਤੇ ਪਰਿਵਾਰ ਵਾਲਿਆਂ ਨੇ ਆਉਣਾ ਤਾਂ ਜਿਹੜੇ ਭਾਵਨਾ ਦੇ ਰਿਸ਼ਤੇਦਾਰ ਹੋਣੇ ਉਹਨਾਂ ਨੇ ਕਹਿਣਾ ਪਰਿਵਾਰ ਵਾਲਿਆਂ ਨੂੰ ਕਿ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਜੀ ਕਿਉਂਕਿ ਰਿਸ਼ਤੇਦਾਰ ਤਾਂ ਪਹਿਲਾਂ ਹੀ ਕੋਈ ਰਾਹ ਲੱਭਦੇ ਹੈ ਕਹਿਣ ਲੱਗੇ ਜੀ ਕੁੜੀ ਦੀ ਰਿਸ਼ਤੇਦਾਰੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਇੱਕ ਪੈਰ ਨਾ ਹੋਣ ਕਰਕੇ ਪਤਾ ਨਹੀਂ ਇਹਦਾ ਰਿਸ਼ਤਾ ਵੀ ਹੋਏਗਾ ਕਿ ਨਹੀਂ ਹੋਏਗਾ ਪਰ ਅਗਰ ਜੇ ਕੋਈ ਰਿਸ਼ਤਾ ਮਿਲ ਵੀ ਗਿਆ ਤਾਂ ਭਾਵਨਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਇਹ ਗੱਲਾਂ ਲਗਾਤਾਰ ਹੁਣ ਭਾਵਨਾ ਵੀ ਸੁਣ ਰਹੀ ਸੀ ਬੱਚੀ ਸੀ ਉਹ ਛੋਟੀ ਸੀ ਪਰ ਭਾਵਨਾ 'ਤੇ ਇਹਨਾਂ ਗੱਲਾਂ ਦਾ ਅਸਰ ਹੋ ਰਿਹਾ ਸੀ ਇਸ ਗੱਲ ਨੂੰ ਗੌਰ ਕਰਨਾ ਬਾਬਾ ਜੀ ਕਿ ਜੈਸੀ ਤੁਸੀਂ ਗੱਲ ਕਰਦੇ ਹੋ ਘਰ ਪਰਿਵਾਰ ਦੇ ਵਿੱਚ ਵੈਸੇ ਹੀ ਬੱਚਿਆਂ 'ਤੇ ਵੀ ਅਸਰ ਹੁੰਦਾ ਹੈ ਇਸੇ ਲਈ ਕਹਿੰਦੇ ਚੰਗੇ ਚੰਗਾ ਬੋਲੋ ਸੋ ਹੁਣ ਇਹ ਸੁਣ ਕੇ ਭਾਵਨਾ ਜਿਹੜੀ ਸੀ ਇੱਕ ਤਾਂ ਉੱਠ ਨਹੀਂ ਸਕਦੀ ਵਿਚਾਰੀ ਦੂਜੀ ਉਹ ਇਹੋ ਜਿਹੀਆਂ ਗੱਲਾਂ ਸੁਣ ਰਹੀ ਹੈ ਉਹ ਡਿਪਰੈਸ਼ਨ ਦੇ ਵਿੱਚ ਜਾਣ ਲੱਗੀ ਇੱਕ ਐਸੀ ਸਥਿਤੀ ਦੇ ਵਿੱਚ ਉਹ ਪਹੁੰਚ ਗਈ ਜਿੱਥੇ ਉਸਦਾ ਦੂਜਾ ਪੈਰ ਅਤੇ ਹੱਥ ਜਿਹੜੇ ਸੀ ਉਹ ਵੀ ਕਮਜ਼ੋਰ ਹੋਣ ਲੱਗੇ ਹੁਣ ਉਹ ਆਪਣੇ ਬਿਸਤਰ ਤੋਂ ਉੱਠਣ ਦੇ ਵਿੱਚ ਵੀ ਉਸਨੂੰ ਦਿੱਕਤ ਆਉਣ ਲੱਗੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਆਪਣੇ ਜ਼ਿੰਦਗੀ ਦੇ ਜਿੰਨੇ ਵੀ ਕਾਰਜ ਹੈ ਜੋ ਵੀ ਕੰਮ ਕਰਦੇ ਹੈ ਜਾਂ ਖਾਣਾ ਹੈ ਪੀਣਾ ਹੈ ਜਾਂ ਉੱਠ ਕੇ ਕਿਤੇ ਜਾਣਾ ਹੈ ਉਹ ਦੂਜਿਆਂ 'ਤੇ ਨਿਰਭਰ ਰਹਿਣ ਲੱਗੀ ਡਾਕਟਰਸ ਨੇ ਰੋਹਨ ਅਤੇ ਉਹਦੇ ਪਰਿਵਾਰ ਨੂੰ ਪਹਿਲਾਂ ਹੀ ਇਹ ਗੱਲ ਦੱਸ ਦਿੱਤੀ ਸੀ ਕਿ ਜੇ ਉਸਨੇ ਸਮੇਂ ਸਿਰ ਐਕਸਰਸਾਈਜ਼ ਨਹੀਂ ਕੀਤੀ ਤਾਂ ਉਸਨੂੰ ਹੋਰ ਵੀ ਤਕਲੀਫਾਂ ਹੋ ਸਕਦੀਆਂ ਨੇ ਕਿਉਂਕਿ ਐਕਸੀਡੈਂਟ ਦੀ ਵਜ੍ਹਾ ਨਾਲ ਉਹਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਭਾਵਨਾ ਪਹਿਲਾਂ ਹੀ ਆਪਣਾ ਇੱਕ ਪੈਰ ਖੋ ਚੁੱਕੀ ਸੀ ਅਤੇ ਹੁਣ ਉਹ ਹੌਲੀ ਹੌਲੀ ਮਾਨਸਿਕ ਰੂਪ ਤੋਂ ਵੀ ਹਾਰ ਮੰਨੀ ਜਾ ਰਹੀ ਸੀ ਜ਼ਰਾ ਗੌਰ ਕਰਨਾ ਕਿ ਮਨ ਹਾਰ ਰਿਹਾ ਸੀ ਹੁਣ ਮਨ ਹਾਰ ਰਿਹਾ ਸੀ ਔਰ ਜਿਹਦਾ ਮਨ ਹਾਰ ਜਾਵੇ ਬਾਬਾ ਜੀ ਜਿਹੜਾ ਮਨ ਤੋਂ ਹਾਰ ਜਾਵੇ ਬਾਬਾ ਜੀ ਉਹ ਹਾਰ ਜਾਂਦਾ ਹੈ ਹੁਣ ਉਹ ਮਾਨਸਿਕ ਤੌਰ 'ਤੇ ਵੀ ਹਾਰ ਰਹੀ ਸੀ ਇਹ ਗੱਲ ਪਿੰਡ ਦੇ ਕੋਲ ਨਾ ਇੱਕ ਅੰਨਾ ਸਾਧੂ ਰਹਿੰਦਾ ਸੀ ਉਹਨਾਂ ਨੂੰ ਪਤਾ ਲੱਗੀ ਉਹ ਜਦੋਂ ਅੰਨੇ ਸਾਧੂ ਨੂੰ ਪਤਾ ਲੱਗੀ ਤਾਂ ਉਹ ਦੋਨੋਂ ਅੱਖਾਂ ਤੋਂ ਵਿਕਲਾਂਗ ਸੀਗੇ ਉਹ ਅੰਨੇ ਸਾਧੂ ਜਿਹੜੇ ਸੀਗੇ ਉਹਨਾਂ ਨੂੰ ਜਦੋਂ ਪਤਾ ਚੱਲਿਆ ਇਹਨਾਂ ਗੱਲਾਂ ਦਾ ਕਿਉਂਕਿ ਹੁਣ ਪਿੰਡ ਸੀ ਪਿੰਡ ਦੇ ਵਿੱਚ ਮਿਲਦੇ ਜੁਲਦੇ ਰਹਿਣਾ ਉਹਨਾਂ ਨੇ ਜਿੱਥੇ ਉਹ ਰਹਿੰਦੇ ਸੀ ਤਾਂ ਭਾਵਨਾ ਬਾਰੇ ਪਤਾ ਚੱਲਿਆ ਕਿ ਉਹ ਡਿਪਰੈਸ਼ਨ ਦੇ ਕਾਰਨ ਹੌਲੀ ਹੌਲੀ ਆਪਣੇ ਜੀਵਨ ਨੂੰ ਅੰਤ ਵੱਲ ਨੂੰ ਲੈ ਕੇ ਜਾ ਰਹੀ ਹੈ ਤਾਂ ਉਹ ਸਾਧੂ ਉਸੇ ਨੂੰ ਮਿਲਣ ਵਾਸਤੇ ਉਹਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਗੱਲ ਕੀਤੀ ਅਤੇ ਬਾਅਦ ਵਿੱਚ ਉਹ ਭਾਵਨਾ ਨੂੰ ਸਮਝਾਉਣ ਲੱਗੇ ਕਿ ਜੇ ਮੇਰੇ ਵਰਗਾ ਬੰਦਾ ਜਿਹੜਾ ਬਚਪਨ ਤੋਂ ਹੀ ਵਿਕਲਾਂਗ ਸੀ ਮੈਂ ਤਾਂ ਪੜ੍ਹਿਆ ਲਿਖਿਆ ਵੀ ਨਹੀਂ ਅਨਪੜ੍ਹਾਂ ਉਹ ਦੋਨੋਂ ਅੱਖਾਂ ਤੋਂ ਵਿਕਲਾਂਗ ਸੀ ਉਹ ਕਹਿੰਦੇ ਜੇ ਮੈਂ ਜੀਵਨ ਨੂੰ ਜੀ ਸਕਦਾ ਹਾਂ ਮੈਂ ਉਸ ਪਰਮਾਨੰਦ ਨੂੰ ਪਾ ਸਕਦਾ ਹਾਂ ਜੋ ਮੇਰੇ ਅੰਦਰ ਇਹ ਸਾਰੀ ਦੁਨੀਆ ਦੇਖਦੀ ਹੈ ਜੋ ਇਹ ਦੱਸਦੀ ਹੈ ਤਾਂ ਫਿਰ ਤੂੰ ਤਾਂ ਪੜ੍ਹੀ ਲਿਖੀ ਹੈ ਤੂੰ ਤਾਂ ਪੜ੍ਹੀ ਲਿਖੀ ਤੇਰੇ ਤਾਂ ਇੱਕ ਹੀ ਪੈਰ ਦੀ ਦਿੱਕਤ ਹੈ ਅਗਰ ਤੁਸੀਂ ਹਜੇ ਵੀ ਨਹੀਂ ਸਮਝੋਗੇ ਤਾਂ ਇਸਦਾ ਤੁਹਾਡੇ ਪਰਿਵਾਰ ਨੂੰ ਬੜਾ ਦੁਸ਼ਪ੍ਰਭਾਵ ਸਹਿਣਾ ਪਵੇਗਾ ਕਿ ਮਾੜਾ ਜਿਹੜਾ ਪ੍ਰਭਾਵ ਹੋਏਗਾ ਉਹ ਤੇਰੇ ਘਰਦਿਆਂ 'ਤੇ ਪਏਗਾ ਪੁੱਤਰ ਉਹਨਾਂ ਨੇ ਸਮਝਾਇਆ ਕਿ ਤੁਹਾਡੇ ਸਾਹਮਣੇ ਅਜੇ ਬਹੁਤ ਲੰਬੀ ਜੀਵਨ ਪਿਆ ਹੈ ਬਹੁਤ ਲੰਬਾ ਉਮਰ ਹੈ ਤੁਹਾਡੀ ਬੜੀ ਲੰਬਾ ਜੀਵਨ ਪਿਆ ਹੈ
ਤੁਸੀਂ ਤਾਂ ਮੇਰੇ ਤੋਂ ਬਿਹਤਰ ਕਰ ਸਕਦੇ ਹੋ। ਉਹ ਸਾਧੂ ਮੁਸਕੁਰਾ ਰਹੇ ਹੈ, ਬੱਚੀ ਨੂੰ ਹਸਾ ਰਹੇ ਹੈ ਕਿ ਤੁਸੀਂ ਤਾਂ ਮੇਰੇ ਤੋਂ ਵੀ ਬਿਹਤਰ ਕਰ ਸਕਦੇ ਹੋ। ਇਹ ਤਾਂ ਕੋਈ ਗੱਲ ਨਹੀਂ ਕਿ ਇੱਕ ਪੈਰ ਨਹੀਂ ਹੈ ਤਾਂ ਬੰਦਾ ਜੀ ਨਹੀਂ ਸਕਦਾ, ਬੰਦਾ ਜੀ ਸਕਦਾ ਹੈ, ਬੰਦਾ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਸਕਦਾ ਹੈ। ਬਹੁਤ ਸਾਰੇ ਲੋਕ ਨੇ ਜੋ ਇੱਕ ਪੈਰ ਨਹੀਂ ਹੈ, ਕਿਸੇ ਦਾ ਇੱਕ ਅੱਖ ਨਹੀਂ ਹੈ, ਪਰ ਉਹ ਰੱਬ 'ਤੇ ਯਕੀਨ ਕਰਕੇ ਅੱਗੇ ਚੱਲਦੇ ਰਹੇ ਨੇ ਔਰ ਜ਼ਿੰਦਗੀ 'ਚ ਕੁਛ ਨਾ ਕੁਛ ਹਾਸਲ ਵੀ ਕਰ ਸਕੇ ਨੇ। ਉਹਨਾਂ ਨੇ ਸਮਝਾਇਆ, ਹੁਣ ਭਾਵਨਾ ਥੋੜ੍ਹੀ ਥੋੜ੍ਹੀ ਡਿਪਰੈਸ਼ਨ 'ਚੋਂ ਬਾਹਰ ਆਉਣੀ ਸ਼ੁਰੂ ਹੋ ਰਹੀ ਸੀ, ਉਹ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਸ਼ੁਰੂ ਕਰ ਰਹੀ ਸੀ। ਅਤੇ ਹੁਣ ਉਹ ਜਿਹੜੇ ਸਾਧੂ ਸੀ ਨਾ, ਉਹਨਾਂ ਨੇ ਇਹ ਗੱਲ ਕਲੈਕਟਰ ਸਾਹਿਬ ਨੂੰ ਵੀ ਦੱਸੀ ਕਿ ਤੁਸੀਂ ਉੱਥੇ ਆਓ। ਉਹਨਾਂ ਨੂੰ ਹੁਣ ਜਾਣਦਾ ਸੀ ਉਹ, ਤਾਂ ਉਹਨਾਂ ਨੇ ਦੱਸਿਆ ਵੀ ਤੁਸੀਂ ਵੀ ਉੱਥੇ ਆਓ, ਭਾਵਨਾ ਦੇ ਘਰ ਜਾ ਕੇ ਆਓ, ਉਹਨਾਂ ਨੂੰ ਸਮਝਾਓ ਕਿ ਇੱਕ ਪੈਰ ਨਾ ਹੋਣ ਨਾਲ ਜੀਵਨ 'ਚ ਜ਼ਿਆਦਾ ਫਰਕ ਨਹੀਂ ਪੈਂਦਾ, ਅਤੇ ਜੇ ਤੁਸੀਂ ਚਾਹੋ ਤਾਂ ਹਜੇ ਵੀ ਬਹੁਤ ਕੁਛ ਕਰ ਸਕਦੇ ਹੋ। ਕਲੈਕਟਰ ਸਾਹਿਬ ਵੀ ਉਸ ਸਾਧੂ ਦੇ ਸਮਝਾਉਣ ਦੇ ਅਸਰ ਦੇ ਨਾਲ ਭਾਵਨਾ ਨੂੰ ਦੇਖਣ ਵਾਸਤੇ ਆਏ, ਅਤੇ ਹੁਣ ਇਹੀ ਗੱਲਾਂ ਉਹਨਾਂ ਨੇ ਸਮਝਾਈਆਂ, ਅਤੇ ਹੁਣ ਇਹ ਗੱਲਾਂ ਉਹਦੇ ਕੋਲ ਰੋਜ਼ ਹੋਣ ਲੱਗੀਆਂ। ਜ਼ਰਾ ਗੌਰ ਕਰੋ, ਉਹ ਸਾਧੂ ਨੇ ਵੀ ਆਉਣਾ ਜਾਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸਾਧੂ ਫਕੀਰ ਉਹੀ ਹੈ ਜੋ ਮਰਦੇ ਨੂੰ ਬਚਾ ਲਵੇ। ਬਾਬਾ ਇਹ ਗੱਲ ਯਾਦ ਰੱਖਣਾ, ਫਕੀਰ ਉਹੀ ਹੈ ਜੋ ਮਰਦੇ ਨੂੰ ਕਹਿੰਦੇ ਨਾ ਹਨੇਰਿਆਂ 'ਚੋਂ ਕੱਢ ਕੇ ਰੋਸ਼ਨ ਜ਼ਮੀਰ ਵੱਲ ਰੋਸ਼ਨ ਵੱਲ ਆ ਜਾਵੇ। ਇਹੀ ਗੱਲ ਹੈ ਕਿ ਦਾਮਨ ਮੇਰੇ ਮੇਰੇ ਹੱਥ ਹੈ ਪਿਰਾਣੇ ਪੀਰ ਕਾ, ਮੈਂ ਹੂੰ ਫਕੀਰ ਮੁਰਸ਼ਦ ਦੇ ਰੋਸ਼ਨ ਜ਼ਮੀਰ ਕਾ। ਰੋਸ਼ਨ ਜ਼ਮੀਰ ਜਿਹੜੇ ਹੁੰਦੇ ਆ ਉਹ ਕਿਸੇ ਨੂੰ ਵੀ ਹਨੇਰੇ 'ਚੋਂ ਕੱਢ ਕੇ ਲੈ ਕੇ ਆ ਸਕਦੇ, ਇਹ ਗੱਲ ਯਾਦ ਰੱਖ। ਸੋ ਉਹਨਾਂ ਦੀਆਂ ਗੱਲਾਂ ਦੇ ਵਿੱਚ ਹੀ ਐਸਾ ਪ੍ਰਭਾਵ ਸੀ ਕਿ ਭਾਵਨਾ ਜਿਹੜੀ ਸੀ ਉਹ ਹੁਣ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਸ਼ੁਰੂ ਹੋ ਗਈ, ਹੌਲੀ ਹੌਲੀ ਠੀਕ ਹੋਣ ਲੱਗੀ, ਔਰ ਕੁਛ ਸਮੇਂ ਬਾਅਦ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਈ। ਭਾਵਨਾ ਪੜ੍ਹਾਈ ਵਿੱਚ ਦੁਬਾਰਾ ਧਿਆਨ ਲਾਉਣ ਲੱਗੀ, ਉਹਨੇ ਲੋਕਾਂ ਦੀ ਗੱਲਾਂ ਦੀ ਪਰਵਾਹ ਨਹੀਂ ਕੀਤੀ, ਕਿਸੇ ਨੇ ਕੁਛ ਕਹਿਣਾ ਕਿਸੇ ਨੇ ਕੁਛ ਕਹਿਣਾ, ਉਹਨੇ ਇੱਦਾਂ ਹੀ ਲੱਗੇ ਰਹਿਣਾ, ਮਿਹਨਤ ਕੀਤੀ ਅਤੇ ਤਪੱਸਿਆ ਕੀਤੀ। ਉਸਨੂੰ ਪਤਾ ਸੀ ਕਿ ਮੈਂ ਕੁਛ ਨਾ ਕੁਛ ਕਰਨਾ ਹੈ। ਉਹਦਾ ਚੈਨ ਪਟਵਾਰੀ ਦੇ ਅਹੁਦੇ 'ਤੇ ਹੋ ਗਿਆ। ਪਟਵਾਰੀ ਦੇ ਅਹੁਦੇ 'ਤੇ ਕੰਮ ਕਰਦੇ ਹੋਏ ਉਸਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ, ਅਤੇ ਸਾਰੇ ਕਿਸਾਨ ਜਿਹੜੇ ਸੀ ਉਹਦੇ ਪਿਤਾ ਅਤੇ ਉਹ ਜਿਹੜੇ ਕਿਸਾਨ ਸੀਗੇ ਉਹਨਾਂ ਦੀ ਉਹ ਜਿੰਨੀ ਮਦਦ ਕਰ ਸਕਦੀ ਸੀ ਸੰਭਵ ਮਦਦ ਉਹ ਕਰਦੀ ਰਹੀ। ਔਰ ਉਸ ਤੋਂ ਬਾਅਦ ਉਸਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤਰ੍ਹਾਂ ਇਸ ਲਈ ਹੋਇਆ ਕਿਉਂਕਿ ਉਸਦਾ ਮਨ ਹੁਣ ਆਪਣੇ ਮਨ ਤੋਂ ਹਾਰੀ ਨਹੀਂ ਸੀ, ਉਹਦਾ ਮਨ ਉਹਨੂੰ ਹਰਾ ਚੁੱਕਿਆ ਸੀ, ਮਾਨਸਿਕ ਤੌਰ 'ਤੇ ਉਹ ਹਾਰ ਰਹੀ ਸੀ, ਪਰ ਜਿਤਾਉਣ ਵਾਲੇ ਕੋਲ ਆ ਗਏ। ਇਸੇ ਲਈ ਕਹਿੰਦੇ ਆ ਕਿ ਮੰਨ ਕੇ ਹਾਰੇ ਹਾਰ ਹੈ ਅਤੇ ਮੰਨ ਕੇ ਜੀਤੇ ਜੀਤ। ਇਨਸਾਨ ਦੇ ਜੀਵਨ ਦੇ ਵਿੱਚ ਉਹ ਸਾਧੂ ਜਿਹੜਾ ਫਕੀਰ ਸੀਗੇ ਉਸ ਬੱਚੇ ਨੂੰ ਉਸ ਲੜਕੇ ਨੂੰ ਸਮਝਾ ਰਿਹਾ ਕਿ ਪੁੱਤਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਐਸੀਆਂ ਪਰੇਸ਼ਾਨੀਆਂ ਆ ਜਾਂਦੀਆਂ ਹੈ ਜਿਹਦੇ ਨਾਲ ਇਨਸਾਨ ਦਾ ਜਿਹੜਾ ਮਨ ਹੈ ਉਹ ਹਾਰ ਜਾਂਦਾ ਹੈ। ਉਹਦੇ ਕੋਲ ਜਿੱਤਣ ਦੀ ਸ਼ਮਤਾ ਤਾਂ ਹੁੰਦੀ ਹੈ ਪਰ ਉਹ ਆਪਣੀ ਸਾਰੀ ਸ਼ਕਤੀਆਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਪਾਉਂਦਾ ਕਿਉਂਕਿ ਮਾਨਸਿਕ ਤੌਰ 'ਤੇ ਹੀ ਹਾਰ ਗਿਆ ਹੈ। ਔਰ ਜਦੋਂ ਕੋਈ ਤੁਹਾਨੂੰ ਕੁਛ ਕਹਿੰਦਾ ਹੈ ਕਿ ਤੁਸੀਂ ਆਹ ਚੀਜ਼ ਨਹੀਂ ਕਰ ਸਕਦੇ, ਉਹ ਚੀਜ਼ ਨਹੀਂ ਕਰ ਸਕਦੇ, ਤਾਂ ਮਨ ਉਸ ਚੀਜ਼ ਨੂੰ ਫਟਾਫਟ ਕਹਿੰਦੇ ਹੈ ਨਾ ਉਹ ਤੁਰੰਤ ਹੀ ਆਪਣੇ ਵੱਲ ਨੂੰ ਕਰ ਲੈਂਦਾ ਹੈ, ਐਬਜ਼ੋਰਵ ਕਰ ਲੈਂਦਾ ਹੈ ਉਹ ਚੀਜ਼ਾਂ, ਉੱਧਰ ਨੂੰ ਜਾਂਦਾ ਹੈ ਕਿ ਭਾਈ ਹਾਂ ਇਹ ਮਨ ਜਿਹੜਾ ਹੈ ਮਨ ਜਿੱਧਰ ਨੂੰ ਚਾਹੇ ਉੱਧਰ ਨੂੰ ਬੰਦੇ ਨੂੰ। ਤਾਂ ਹੀ ਤਾਂ ਕਹਿੰਦੇ ਕਿ ਮੰਨ ਕੇ ਜੀਤੇ ਜੀਤ ਹੈ, ਮੰਨ ਕੇ ਹਾਰੇ ਹਾਰ। ਜੇ ਮਨ ਨੂੰ ਜਿੱਤ ਲਿਆ ਤਾਂ ਜਿੱਤ ਹੈ ਸਾਰੀ ਦੁਨੀਆ, ਜਿੱਤ ਸਕਦੇ ਹਾਂ ਤੁਸੀਂ, ਅਤੇ ਜੇ ਮਨ ਤੋਂ ਹਾਰ ਗਏ ਤਾਂ ਉੱਦਾਂ ਹੀ ਹਾਰ ਜਾਣਾ। ਤਾਂ ਉਹ ਫਿਰ ਮਨ ਸਾਥ ਨਹੀਂ ਦਿੰਦਾ, ਅਤੇ ਇਹ ਗੱਲ ਨੂੰ ਵਿਗਿਆਨਿਕਾਂ ਨੇ ਵੀ ਸਾਬਿਤ ਕੀਤਾ ਹੈ ਕਿ ਜੇ ਇਨਸਾਨ ਆਪਣੇ ਮਨ ਤੋਂ ਹਾਰ ਜਾਂਦਾ ਹੈ ਨਾ
ਉਹਦੀ ਹਾਰ ਨਿਸ਼ਚਿਤ ਹੈ। ਫਿਰ ਭਾਵੇਂ ਉਹ ਜਿੰਨੀ ਮਰਜ਼ੀ ਮਿਹਨਤ ਕਰੀ ਜਾਵੇ, ਜਿੰਨੀ ਮਰਜ਼ੀ ਤਪੱਸਿਆ ਕਰੀ ਜਾਵੇ, ਉਹਦੀ ਹਾਰ ਨਿਸ਼ਚਿਤ ਹੈ, ਕਿਉਂਕਿ ਉਹਦਾ ਮਨ ਹਾਰ ਗਿਆ, ਉਹ ਆਪਣੇ ਮਨ ਤੋਂ ਹਾਰ ਗਿਆ। ਇਸ ਲਈ ਮਨ ਦੇ ਹਾਰੇ ਹਾਰ ਹੈ ਅਤੇ ਮਨ ਦੇ ਜਿੱਤੇ ਜਿੱਤ ਹੈ। ਹੁਣ ਇਸ ਗੱਲ ਨੂੰ ਉਸ ਲੜਕੇ ਨੇ ਬੜੇ ਗੌਰ ਨਾਲ ਸਮਝਿਆ, ਉਸ ਬੜੇ ਗੌਰ ਨਾਲ ਸਮਝਿਆ ਤਾਂ ਉਸਨੇ ਉਹਨਾਂ ਫਕੀਰਾਂ ਕੋਲੋਂ ਹੁਣ ਆਗਿਆ ਲੈ ਕੇ ਆਪਣੀ ਜ਼ਿੰਦਗੀ 'ਤੇ ਦੁਬਾਰਾ ਕੰਮ ਕਰਨਾ ਸ਼ੁਰੂ ਕੀਤਾ, ਅੱਗੇ ਵਧਣਾ ਸ਼ੁਰੂ ਕੀਤਾ। ਸੋ ਇਸ ਗੱਲ ਨੂੰ ਯਾਦ ਰੱਖਣਾ, ਇਹ ਦੋਹਾ ਵੀ ਇਹੀ ਕਹਿੰਦਾ ਹੈ ਕਿ ਮਨ ਦੇ ਹਾਰੇ ਹਾਰ ਹੈ ਅਤੇ ਮਨ ਦੇ ਜਿੱਤੇ ਜਿੱਤ ਹੈ। ਕਹੇ ਕਬੀਰ ਹਰ ਪਾਈਏ, ਮਨ ਹੀ ਕੀ ਪ੍ਰਤੀਤ। ਇਸ ਗੱਲ ਨੂੰ ਜ਼ਰਾ ਗੌਰ ਕਰਨਾ ਬਾਬਾ ਜੀ, ਕਿ ਜੇ ਤੁਹਾਡਾ ਮਨ ਤੋਂ ਤੁਸੀਂ ਜਿੱਤ ਜਾਂਦੇ ਹਾਂ ਤਾਂ ਤੁਸੀਂ ਕੁਛ ਵੀ ਹਾਸਲ ਕਰ ਸਕਦੇ ਹਾਂ ਬਾਬਾ ਜੀ, ਇਹ ਗੱਲ ਯਾਦ ਰੱਖਣਾ। ਇਹ ਸਾਈਂ ਲੋਕ ਫਕੀਰਾਂ ਫਰਮਾਈ, ਕਿਉਂਕਿ ਜੇ ਮਨ ਤੋਂ ਜਿੱਤ ਲਿਆ ਤਾਂ ਤੁਸੀਂ ਜਿੱਤੋਗੇ, ਜੇ ਹਾਰ ਵੀ ਮਿਲੀ ਨਾ ਕੋਈ ਸ਼ਿਕਸ਼ਾ ਦੇ ਕੇ ਜਾਵੇਗੀ। ਇਹ ਗੱਲ ਯਾਦ ਰੱਖਣਾ ਕਿ ਜ਼ਰੂਰੀ ਨਹੀਂ ਹੈ ਕਿ ਜੇ ਤੁਹਾਡਾ ਮਨ, ਤੁਸੀਂ ਕਹੋ ਵੀ ਮੈਂ ਹੁਣ ਮਨ ਤੋਂ ਜਿੱਤਣਾ ਕੀ ਹੈ, ਕਿ ਮੰਨ ਲਓ ਹੁਣ ਸਵੇਰੇ ਇੱਕ ਵਿਅਕਤੀ ਉੱਠਿਆ, ਉਹ ਕਹਿੰਦਾ ਵੀ ਮੈਂ 4 ਵਜੇ ਯਾਰ ਜਿੰਮ ਜਾਣਾ, ਮੇਰੀ ਬੋਡੀ ਖਰਾਬ ਹੋ ਰਹੀ, ਮੈਂ ਐਕਸਰਸਾਈਜ਼ ਕਰਨੀ ਹੈ, ਮੈਂ ਰਨਿੰਗ 'ਤੇ ਜਾਣਾ ਜਾਂ ਸੈਰ ਕਰਨਾ। ਹੁਣ ਮਨ ਤਾਂ ਕਹੇਗਾ ਨਹੀਂ ਸੋ, ਮਨ ਤਾਂ ਕਹੇਗਾ ਸੋ ਜਾ, ਕੀ ਰੱਖਿਆ ਐਵੇਂ। ਪਰ ਉਸ ਵੇਲੇ ਜੇ ਤੂੰ ਉੱਠ ਕੇ ਤੁਰ ਗਿਆ ਤਾਂ ਤੂੰ ਮਨ ਨੂੰ ਜਿੱਤ ਲਿਆ ਹੈ, ਔਰ ਜੇ ਲਗਾਤਾਰ ਜਿੱਤਦਾ ਰਿਹਾ ਤਾਂ ਹੌਲੀ ਹੌਲੀ ਉਹ ਜਿਹੜੀ ਚੀਜ਼ ਹੈ ਜੋ ਤੂੰ ਆਪਣੀ ਸਰੀਰ ਨੂੰ ਕਰਨਾ ਚਾਹੁੰਦਾ ਹੈ ਉਹ ਹਾਸਲ ਕਰ ਲਏ। ਇਸ ਲਈ ਉਹ ਫਕੀਰਾਂ ਫਰਮਾਇਆ ਹੈ ਕਿ ਭਾਈ ਮਨ ਤੋਂ ਜਿਹੜਾ ਹਾਰ ਜਾਂਦਾ ਹੈ ਉਹ ਦੁਨੀਆਂ 'ਚ ਕਦੇ ਜਿੱਤ ਹੀ ਨਹੀਂ ਸਕਦਾ, ਅਤੇ ਮਨ ਤੋਂ ਜਿਹੜਾ ਜਿੱਤ ਜਾਂਦਾ ਹੈ ਉਹ ਜਿੱਤਿਆ ਹੀ ਹੈ, ਉਹ ਹਾਰ ਕੇ ਵੀ ਜਿੱਤਿਆ ਹੈ ਬਾਬਾ ਜੀ। ਸੋ ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ। ਇਸ ਲਈ ਸਾਈਂ ਲੋਕ ਫਰਮਾਉਂਦੇ ਕਦੇ ਜ਼ਿੰਦਗੀ 'ਚ ਮਾਯੂਸ ਤਾਂ ਹੋਣਾ ਹੀ ਨਹੀਂ ਹੈ, ਕਦੇ ਜ਼ਿੰਦਗੀ 'ਚ ਮਾਯੂਸ ਨਹੀਂ। ਸਾਈਂ ਜੀ ਫਰਮਾਉਂਦੇ ਹੁੰਦੇ, ਸਾਈਂ ਜੀ ਕਹਿੰਦੇ ਕਿ ਕੀ ਹੋਇਆ ਜੇ 4 ਦਿਨ ਔਖੇ ਆ ਕੇ, ਭਾਈ ਇੱਥੇ ਸਦਾ ਮਜਬੂਰੀਆਂ ਨੇ ਨਹੀਂ ਬਹਿ ਰਹਿਣਾ, ਜੇ ਹੱਸਿਆਂ ਕੰਮ ਨਹੀਂ ਨਾ ਬਣਦਾ ਤਾਂ ਰੋਇਆਂ ਵੀ ਪੂਰੀਆਂ ਨਹੀਂ ਬਹਿਣੀਆਂ। ਉਸ ਵਕਤ ਨੂੰ ਆਪਣੇ ਪਰਮਾਤਮਾ ਦਾ ਆਸਰਾ ਲੈ ਕੇ, ਆਪਣੇ ਗੁਰੂ ਪੀਰ ਮੁਰਸ਼ਦ ਦਾ ਆਸਰਾ ਲੈ ਕੇ ਕੱਢ ਲੈਣਾ ਚਾਹੀਦਾ ਹੈ, ਕਿਉਂਕਿ ਵਕਤ ਬਦਲਦਾ ਜ਼ਰੂਰ ਹੈ। ਇਹ ਗੱਲ ਯਾਦ ਰੱਖ, ਵਕਤ ਕਦੇ ਵੀ ਇੱਕ ਜਿਹਾ ਨਹੀਂ ਚੱਲਦਾ, ਵਕਤ ਬਦਲਦਾ ਜ਼ਰੂਰ ਹੈ। ਜੇ ਅੱਜ ਦੁੱਖ ਹੈ ਨਾ ਤਾਂ ਕੱਲ੍ਹ ਨੂੰ ਸੁੱਖ ਆਏਗਾ, ਇਹ ਗੱਲ ਯਾਦ ਰੱਖ। ਇਸ ਲਈ ਉਹ ਕਹਿੰਦੇ ਮਨ ਤੋਂ ਹਾਰਨਾ ਨਹੀਂ ਹੈ ਕਦੇ, ਮਨ ਤਾਂ ਕਹੇਗਾ ਵੀ ਨਹੀਂ ਹੋਣਾ, ਪਰ ਜੇ ਮਨ ਨੂੰ ਕਿਹਾ ਵੀ ਨਹੀਂ ਹੋਏਗਾ ਤਾਂ ਹੋਏਗਾ ਬਾਬਾ ਜੀ। ਸੋ ਮਾਲਕ ਦੇ ਇਹ ਹੌਸਲਾ ਕਰ, ਬੰਦਾ ਕਹੇ ਕਿ ਮੇਰੇ ਮਨ ਨੂੰ ਕਹਿ ਦੇ ਵੀ ਭਾਈ ਮੇਰਾ ਰੱਬ ਮੇਰੇ ਨਾਲ ਹੈ, ਤਾਂ ਕਿੱਦਾਂ ਨਹੀਂ ਹੋਏਗਾ। ਮਨ ਤੋਂ ਜਿੱਤਣਾ ਇਸੇ ਨੂੰ ਕਹਿੰਦੇ ਨੇਕ ਕਰਮ। ਮਾੜੇ ਪਾਸੇ ਨੂੰ ਜਾਵੇ ਨਾ ਹੁਣ ਇਹ ਮਿੰਟਾਂ 'ਚ ਚੱਲ ਪੈਂਦਾ ਹੈ, ਮਨ ਲੈ ਜਾਂਦਾ। ਮਨ ਕਿੱਥੇ ਹਰਾਉਂਦਾ ਹੈ ਇਨਸਾਨ ਨੂੰ, ਬੁਰੇ ਪਾਸੇ ਨੂੰ ਖਿਆਲ ਚੱਲ ਜਾਂਦਾ ਹੈ ਨਾ, ਬੰਦਾ ਉੱਧਰ ਨੂੰ ਤੁਰ ਪੈਂਦਾ, ਲੈ ਮਨ ਜਿੱਤ ਗਿਆ, ਮਨ ਜਿੱਤ ਗਿਆ। ਪਰ ਜਦੋਂ ਉਸਨੂੰ ਟਾਲ ਦਿੱਤਾ ਜਾਵੇ ਕਿ ਨਹੀਂ, ਜਿੱਦਾਂ ਖਵਾਜਾ ਗਰੀਬ ਨਵਾਜ਼ ਸਾਹਿਬ ਇੱਕ ਵਾਰੀ ਬੈਠੇ ਆ ਤਾਂ ਉਹਨਾਂ ਦੇ ਦਿਲ 'ਚ ਹਲਵਾ ਖਾਣ ਨੂੰ ਜੀ ਕੀਤਾ, ਇਹ ਫਕੀਰ ਕਿੱਦਾਂ ਮਾਰਦੇ ਜ਼ਰਾ ਗੌਰ ਕਰਨ, ਉਹ ਦਿਲ ਨੂੰ ਹਲਵਾ ਖਾਣ ਨੂੰ ਜੀ ਕੀਤਾ ਤਾਂ ਉਹ ਇੰਨੀ ਦੇਰ ਨੂੰ ਉਹ ਬਾਹਰੋਂ ਕੋਈ ਹਲਵਾ ਲੈ ਕੇ ਆ ਗਿਆ, ਵੱਡੀ ਕੜਾਹੀ ਲੈ ਕੇ ਆ ਗਿਆ ਵੀ ਹਜ਼ੂਰ ਆ ਅਰਦਾਸ ਬੇਨਤੀ ਕਰਨੀ ਹੈ, ਤਾਂ ਉਹ ਲੈ ਕੇ ਆ ਗਿਆ। ਅਤੇ ਇੰਨੀ ਦੇਰ ਨੂੰ ਉਹ ਮਰੀਦ ਵੀ ਬੈਠਾ ਸੀ ਕੋਲ ਖਵਾਜਾ ਗਰੀਬ ਨਵਾਜ਼ ਸਰਕਾਰ ਦਾ। ਖਵਾਜਾ ਗਰੀਬ ਨਵਾਜ਼ ਸਰਕਾਰ ਨੇ ਕਿਹਾ, ਕਹਿੰਦੇ ਅਲਹਮਦੁਲਿਲਾ ਰਬੁਲ ਆਲਮੀਨ, ਕਿ ਅੱਲਾ ਤੇਰਾ ਲੱਖ ਲੱਖ ਸ਼ੁਕਰ ਆ, ਜੇ ਦਿਲ 'ਚ ਆਇਆ ਹੀ ਸੀ ਵਿਚਾਰ ਤਾਂ ਮੇਰੇ ਸਾਹਮਣੇ ਪੇਸ਼ ਕਰ ਦਿੱਤਾ। ਉਹਨਾਂ ਨੇ ਉਹ ਅਦਾ ਕੀਤੀ ਜੋ ਵੀ ਬੇਨਤੀ ਕਰਨੀ ਸੀ, ਉਹਨਾਂ ਨੇ ਕਿਹਾ ਸਾਰਾ ਬੱਚਿਆਂ 'ਚ ਵੰਡ ਦਿਓ, ਬਾਹਰ ਵੰਡ ਦਿਓ, ਮੈਂ ਨਹੀਂ ਖਾਣਾ। ਉਹ ਮਰੀਦ ਬੜਾ ਹੈਰਾਨ ਹੋਇਆ, ਉਹ ਕਹਿਣ ਲੱਗਾ ਕਿ ਮਹਾਰਾਜ, ਕਿ ਤੁਸੀਂ ਹੁਣੇ ਕਹਿ ਰਹੇ ਸੀ ਕਿ ਹਲਵਾ ਖਾਣੇ ਦਾ ਜੀ ਕਰ ਰਿਹਾ ਹੈ, ਮਨ ਕਰ ਰਿਹਾ ਹੈ, ਅਤੇ ਹੁਣ ਆਇਆ ਤਾਂ ਤੁਸੀਂ ਬਾਹਰ ਵੰਡ ਦਿੱਤਾ। ਉਹ ਕਹਿੰਦੇ ਮਨ ਹੈ, ਅੱਜ ਇਹ ਹਲਵਾ ਮੰਗਦਾ, ਕੱਲ੍ਹ ਨੂੰ ਕੁਛ ਹੋਰ ਮੰਗੇਗਾ। ਇਹ ਫਕੀਰ ਇੱਦਾਂ ਜਿੱਤਦੇ ਆਪਣੇ ਮਨ ਨੂੰ ਬਾਬਾ ਜੀ। ਸੋ ਇਸ ਕਰਕੇ ਮਨ ਦੇ ਹਾਰੇ ਹਾਰ ਹੈ ਅਤੇ ਮਨ ਦੇ ਜਿੱਤੇ ਜਿੱਤ, ਇਹ ਸਾਈਂ ਜੀ ਫਰਮਾਉਂਦੇ। ਮਾਯੂਸ ਨਹੀਂ ਹੋਣਾ ਕਦੇ ਜ਼ਿੰਦਗੀ, ਸਾਈਂ ਜੀ ਤਾਂ ਕਹਿੰਦੇ ਟੈਨਸ਼ਨ ਨਹੀਂ, ਚਿੰਤਾ ਨਹੀਂ ਕਰਨੀ ਕਦੇ। ਫਕੀਰਾਂ ਦੀ ਵਚਨ ਹੈ ਬਾਬਾ ਜੀ।
ਉਹ ਸੱਚ ਹੀ ਹੈ। ਸਾਰਿਆਂ ਨੂੰ ਸਲਾਮ ਹੈ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਾਹ ਵਲੀ ਜੀ, ਸੰਤਾਂ, ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ, ਮਹਾਤਮਾਵਾਂ, ਸਾਈਂ ਲੋਕਾਂ, ਇਹਨਾਂ ਦੇ ਸਦਕੇ ਇਹ ਦੁਨੀਆ ਚੱਲ ਰਹੀ ਹੈ। ਇਹਨਾਂ ਸਾਰਿਆਂ ਨੂੰ ਹੀ ਸਲਾਮ ਹੈ ਬਾਬਾ ਜੀ, ਉੱਚੇ ਸੱਚੇ ਦਰਬਾਰਾਂ ਨੂੰ ਸਲਾਮ ਹੈ। ਸੋ ਖੁਸ਼ ਰਹੋ ਸਾਰੇ ਜਾਣੇ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ। ਜੈ ਸਾਈਂ ਜੀ।